ਮੈਨੂੰ ਬੋਈ ਦੀ ਫੈਂਟੀ ਦੇ ਕੇ ਮੇਰੇ ਫੈਂਟੀ ਵਿਖਾ ਚੁੱਕ ਮੇਰਾ ਪੁੱਤ ਲਵਾਨੀ ਹੈ ਮੈਂ ਪੰਜਾਬੀ ਹੁਣੇ 9 ਸਾਲ ਲਈ ਪਹਿਲੇ ਪੰਜਾਬੀ ਚਾਚੂ ਨੇ ਸੋਚਿਆ ਕਿ ਇਸ ਸਾਲ ਇਰਾਕ ਦੇ ਝੰਡੇ ਦੇ ਉੱਤੇ ਅਮਰੀਕਾ ਦੇ 2 ਤਾਰੇ ਕੱਢ ਕੇ ਲਾ ਦਈਏ ਤਾਂ ਕਿ ਉਹਦੀ ਖੂਬਸੂਰਤੀ ਵੱਧ ਜਾਏ ਤੁਹਾਡੀ ਬੜੀ ਮਿਹਰਬਾਨੀ ਜੀ ਇਹ ਹੋਈ ਨਾ ਗੱਲ ਉਹ ਕੋਈ ਅਕਲ ਕਰ ਚੂਈ ਮੂਹੇ ਇਹ ਕਿਹੜਾ ਨਵਾਂ ਚੰਨ ਚੜਨ ਲੱਗਾ ਤੂੰ ਇਹ ਕਿਹੜਾ ਭੌਂਕਿਆ ਸਬਰ ਕਰ ਤੈਨੂੰ ਦੱਸਦਾ ਆਲਾ ਤੇਰੇ ਸਾਈਂ ਮਾਰ ਜਾਣ ਆ ਵੀ ਲੈ ਹੁਣ ਨਹੀਂ ਮਾਰਦਾ ਐ ਰਹਿ ਗਿਆ ਸੀ ਉਹ ਮਕਸੂਦ ਛੱਡ ਦੇ ਮੈਨੂੰ ਇਹਨੇ ਪਿੱਛੋਂ ਨਿਕਲ ਜਾਣਾ ਹੀ ਆ ਬੂਟ ਲਾ ਕੇ ਦੇ ਜ਼ਰਾ ਮੈਨੂੰ ਓਏ ਮੁੜ ਜਾ ਸਦਰਾ ਤੇ ਮੈਂ ਕਦੋਂ ਕਿਹਾ ਕੂੜਾ ਚੁੱਕਣ ਆਇਆ ਸੀ ਓਏ ਆ ਵੇਖ ਯਾਰ ਇਹਦੀ ਜੇਬ ਚੋਂ ਆਂਡੇ ਵੀ ਨਿਕਲ ਆਂਦੇ ਦੱਸ ਯਾਰ ਕੋਈ ਗੱਲ ਆ ਸਬਦਰ ਮੇਰਾ ਭਰਾ ਨਹੀਂ ਮੈਨੂੰ ਛੱਡ ਦੇ ਕਰੀ ਮੈਂ ਇਹਦੀ ਨਾਸਾ ਤੱਕ ਦੁਨੀ ਮਾਰਨੀ ਫੇਰ ਕੀ ਹੋ ਗਿਆ ਬੰਦਿਆਂ ਦੇ ਹੀ ਵੱਜਦੇ ਨੇ ਅੱਛਾ ਜੀ ਜੇ ਤੁਸੀਂ ਮੂੰਹ ਨਾ ਪਿੱਛੇ ਕਰਦੇ ਤੇ ਫੇਰ ਕੀ ਹੋਣਾ ਸੀ ਨਾਲੇ ਸਾਨੂੰ ਪਤਾ ਲੱਗਾ ਵੀ ਇਹ ਬੂਟ ਆਮ ਬੂਟ ਨਾਲੋਂ ਨਾ 3 ਨੰਬਰ ਵੱਡਾ ਸੀ ਜੇ ਨੰਬਰ ਵੱਡਾ ਸੀ ਫਿਰ ਆਲੂ ਵੀ ਵੱਡਾ ਹੀ ਪੈਣਾ ਸੀ ਉਹ ਤੇਰੇ ਮੂੰਹ ਤੇ ਕਿਉਂ ਨਹੀਂ ਵੱਜਾ ਕਿਵੇਂ ਵੱਜਦਾ ਵੱਜਾ ਮੇਰੇ ਮੂੰਹ ਤੇ ਤਾਂ ਨਹੀਂ ਕਿ ਮੇਰੇ ਮੂੰਹ ਦੇ ਸਾਈਜ਼ ਦਾ ਬਣਿਆ ਹੀ ਨਹੀਂ ਸੀ ਉਹ ਕਹਿੰਦੇ ਆ ਬੰਦਾ ਤੇਰਾ ਵਾਕਫ ਸੀ ਇਹ ਤੈਨੂੰ ਕਿਸੇ ਨੇ ਗਲਤ ਦੱਸਿਆ ਜੇ ਉਹ ਬੰਦਾ ਮੇਰਾ ਵਾਕਫ ਹੁੰਦਾ ਤਾਂ 2 ਬੂਟ ਹੀ ਨਾ ਲੈ ਕੇ ਆਉਂਦਾ ਉਹਨੂੰ ਕੀ ਸਜ਼ਾ ਦਿਓਗੇ ਲਓ ਦੱਸੋ ਮੈਂ ਉਹਨੂੰ ਸਜ਼ਾ ਦਵਾਂ ਮੁੜ ਕੇ ਮੇਰੇ ਹਾਲ 6 ਨੰਬਰ ਵੱਡੇ ਹੋਣੇ ਸ਼ੁਰੂ ਹੋ ਜਾਣ ਤੁਸੀਂ ਬੂਟ ਵੱਜਦਾ ਤਾਂ ਵੇਖਿਆ ਪਰ ਤੁਸੀਂ ਅੱਗੋਂ ਚਾਚੂ ਦੀਆਂ ਬਚਨੀਆਂ ਨਹੀਂ ਵੇਖੀਆਂ ਮਸਲਨ ਇੰਨੀ ਸਪੀਡ ਤੇ ਨਾਨ ਸਟਾਪ ਦੀ ਨਹੀਂ ਹੁੰਦੀ ਉਹ ਆਇਆ ਕਿੱਥੋਂ ਸੀ ਹਾਂ ਤੇਰੇ ਵਾਲੀ ਕੁਰਸੀ ਤੇ ਹੀ ਬੈਠਾ ਸੀ ਚਵਲ ਉਹਦੇ ਬੂਟ ਅਸੀਂ ਕਬਜ਼ੇ 'ਚ ਕਰ ਲਏ ਨੇ ਹੁਣ ਫਿਰ ਵੇਖਣਾ ਹੁਣ ਆ ਕੰਪਨੀਆਂ ਨੇ ਐਵੇਂ 2-4 ਕਰੋੜ ਰੁਪਈਆ ਉਹਦੇ ਬੂਟ ਦਾ ਰੇਟ ਲਾ ਦੇਣਾ ਤੇ ਚਾਚੂ ਨੇ ਦੇਣਾ ਫਿਰ ਵੀ ਕੋਈ ਨਹੀਂ ਕਿਉਂਕਿ ਜਿਸ ਮਿਊਜ਼ੀਅਮ 'ਚ ਡਾਇਨਾਸੌਰ ਦਾ ਢਾਂਚਾ ਪਿਆ ਉੱਥੇ ਮੈਂ ਇਹ ਬੂਟ ਰਖਾਉਣਾ ਕਿਉਂ ਮੈਂ ਤੇ ਚਲੇ ਜਾਣਾ ਪਰ ਜਦੋਂ ਵੀ ਉਹ ਬੂਟ ਵੇਖਿਆ ਕਰੋਗੇ ਉਸ ਬੂਟ 'ਚੋਂ ਤੁਹਾਨੂੰ ਚਾਚੂ ਦਾ ਮੂੰਹ ਨਜ਼ਰ ਆਇਆ ਕਰੇ